ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्स ਡੀਵੀਡੀ ਜੋਬ ਅਲਰਟ ਤੇ ਸੋ ਅੱਜ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਿੰਨ ਚਾਰ ਜਿਹੜੀਆਂ ਅਪਡੇਟ ਆਈਆਂ ਨੇ ਸੋ ਇਹਦੇ ਵਿੱਚ ਟੋਲ ਪਲਾਜੇ ਨੂੰ ਲੈ ਕੇ ਹੈ ਅਤੇ ਮੁੱਖ ਮੰਤਰੀ ਵੱਲੋਂ ਅੱਜ ਵਿਸਾਖੀ ਜਿਹੜਾ ਐਲਾਨ ਕੀਤਾ ਗਿਆ ਹੈ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸੰਬੰਧ ਵਿੱਚ ਅਪਡੇਟ ਆਈ ਹੈ ਅਤੇ ਪੰਜਾਬ ਡੈਟ ਦਾ ਇੱਕ ਜਿਹੜਾ ਕੱਲ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ ਇਹਦੇ ਬਾਰੇ ਅਪਡੇਟ ਜੀ ਤੁਹਾਨੂੰ ਦੇਵਾਂਗੇ ਸੋ ਡੇਲੀ ਇਸੇ ਤਰ੍ਹਾਂ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰ ਦਿਓ ਜੀ ਪ ਤਸਬ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਟੈਟ ਪੇਪਰ 1 ਦਾ ਜਿਹੜਾ ਵਾਇਰਲ ਨੋਟੀਫਿਕੇਸ਼ਨ ਹੋ ਰਿਹਾ ਗਰੁੱਪਾਂ ਦੇ ਵਿੱਚ ਸੋ ਲੋਕਾਂ ਨੂੰ ਕਨਫਿਊਜ਼ ਹੈ ਜਿਹੜਾ ਕੀਤਾ ਜਾ ਰਿਹਾ ਸੋ 11 4 2023 ਇਹ ਤੇ ਜਿਹੜੀ ਤਾਰੀਖ ਪਾਈ ਗਈ ਹੈ ਸੋ ਇਹਦੇ ਵਿੱਚ ਡਿਕਟੋ ਜਿਹੜਾ ਨੋਟੀਫਿਕੇਸ਼ਨ ਜੋ ਪੰਜਾਬ ਟੈਟ ਦਾ ਪੇਪਰ 2 ਹੋਣਾ ਹੈ 30ਪ੍ਰਾਈਡ ਨੂੰ ਤਾਂ ਸੇਮ ਇਹਦੇ ਵਿੱਚ ਐਡੀਟਿੰਗ ਕਰਕੇ ਜਿਹੜਾ ਪਾਇਆ ਗਿਆ ਸੋ ਇਹਦੇ ਵਿੱਚ ਪਤਾ ਕਿੱਥੋਂ ਲੱਗਦਾ ਹੈ ਪਹਿਲਾਂ ਇਹਦੇ ਵਿੱਚ ਜਿਹੜਾ ਪੁਆਇੰਟ ਹੈਗਾ ਚਲ ਆਪਾਂ ਮੰਨ ਲਿਆ ਵੀ 30 ਪ੍ਰਾਈਡ ਨੂੰ ਜਿਹੜਾ ਪੰਜਾਬ ਟੈਟ ਪੇਪਰ 1 ਪੇਪਰ ਹੋਣ ਜਾ ਰਿਹਾ ਪਰ ਸਮਾਂ ਜਿਹੜਾ ਸੇਮ ਰੱਖਿਆ ਗਿਆ ਸੋ ਦੋ ਸ਼ਿਫਟਾਂ ਦੇ ਵਿੱਚ ਇਹ ਇਗਜ਼ਾਮ ਹੁੰਦੇ ਹੁੰਦੇ ਆ ਮਾਰਨਿੰਗ ਅਤੇ ਈਵਨਿੰਗ ਪੇਪਰ 1 ਅਤੇ ਪੇਪਰ 2 ਪਹਿਲੀ ਗਲਤੀ ਦੇ ਵਿੱਚ ਇਹ ਹੈ ਤਾਂ ਦੂਸਰੀ ਇੱਥੇ ਡਾਇਰੈਕਟਰ ਐਸਈਆਰਟੀ ਪੰਜਾਬ ਜਿਹੜੇ ਸਾਈਨ ਨੇ ਇਹ ਵੀ ਮਿਸਪ੍ਰਿੰਟ ਨੇਗੇ ਇਹ ਜਗ੍ਹਾ ਤੁਸੀਂ ਦੇਖ ਸਕਦੇ ਹੋ ਸੋ ਦੋ ਵੱਡੀਆਂ ਮਿਸਟੇਕ ਨੇ ਬਾਕੀ ਡਿੱਟੋ ਸੇਵ ਨੋਟੀਫਿਕੇਸ਼ਨ ਚੱਕ ਕੇ ਆ ਜੀ ਨੇ ਗਰੁੱਪ ਦੇ ਵਿੱਚ ਪਾ ਦਿੱਤਾ ਲੋਕਾਂ ਨੂੰ ਕਨਫਿਊਜ਼ ਕਰਨ ਲਈ ਸੋ ਪਤਾ ਨਹੀਂ ਇਦਾਂ ਦੇ ਲੋਕਾਂ ਨੂੰ ਕੀ ਮਿਲਦਾ ਹੈ ਇਹ ਫੇਕ ਨੋਟੀਫਿਕੇਸ਼ਨ ਜਿਹੜੇ ਵਾਇਰਲ ਕਰਕੇ ਸੋ ਲੋਕ ਪੜੇ ਲਿਖੇ ਆ ਪਤਾ ਲੱਗ ਜਾਂਦਾ ਹੈ ਕਿਹੜਾ ਨੋਟੀਫਿਕੇਸ਼ਨ ਅਸਲੀ ਹੈ ਕਿਹੜਾ ਨੋਟੀਫਿਕੇਸ਼ਨ ਨਕਲੀ ਹੈ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਫੇਕ ਹੈ ਹਾਲੇ ਕੋਈ ਵੀ ਪੀਐਸਟੈਟ ਪੇਪਰ 1 ਨਾਲ ਸੰਬੰਧਿਤ ਜਾਂ ਕੋਈ ਦੁਬਾਰਾ ਇਗਜ਼ਾਮ ਲੈਣ ਨਾਲ ਸੰਬੰਧਿਤ ਅਪਡੇਟ ਨਹੀਂ ਆਈ ਹਾਂ ਕੁਝ ਕੁਐਸਚਨ ਗਲਤ ਨੇ ਪੇਪਰ 1 ਦੇ ਵਿੱਚ ਇਹਦੇ ਨਾਲ ਸੰਬੰਧਿਤ ਨਿਊਜ਼ ਆ ਜਿਹੜੀ ਆ ਚੁੱਕੀ ਹੈ ਵੀ ਇਹ ਪੇਪਰ ਵਿੱਚ ਵੀ ਗੜਬੜ ਜਿਹੜੀ ਹੋਈ ਹੈ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਤੇ ਗੌਰ ਕਰੇ ਕੋਈ ਅਪਡੇਟ ਹੈ ਜਿਹੜੀ ਆ ਜੇ ਜੋ ਵੀ ਅਪਡੇਟ ਆਏਗੀ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅਗਲੀ ਅਪਡੇਟ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਸਬੰਧ ਵਿੱਚ ਤਾਂ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਕ ਨੌਕਰੀਆਂ ਪ੍ਰਦਾਨ ਕਰਨ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ अरोੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਉਦਯੋਗਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਨੌਕਰੀਆਂ ਸੰਬੰਧੀ ਲੋੜਾਂ ਬਾਰੇ ਜਾਣਕਾਰੀ ਜਿਹੜੀ ਹਾਸਲ ਕਰਨ ਤਾਂ ਜੋ ਨੌਜਵਾਨਾਂ ਨੂੰ ਸਨ ਅਤਾਂ ਦੀਆਂ ਮੌਜੂਦਾ ਲੋੜਾਂ ਦੇ ਅਨੁਸਾਰ ਸਿਖਲਾਈ ਦਿੱਤੀ ਜਾ ਸਕੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਤਵਤ ਮੌਕੇ ਜਿਹੜੇ ਪੈਦਾ ਕੀਤੇ ਜਾ ਸਕਣ ਤਾਂ ਪੇਡਾ ਕੰਪਲੈਕਸ ਵਿਖੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਜ਼ਿਲ੍ਹਾ ਇੰਚਾਰਜਾਂ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਪੀਐਸਡੀਐਮ ਦੇ ਫੀਲਡ ਸਟਾਫ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਆਮਨ ਰੋੜਾ ਨੇ ਇਹਨਾਂ ਅਧਿਕਾਰੀਆਂ ਨੂੰ ਵਿਭਾਗ ਕੋਲ ਰਜਿਸਟਰਡ ਨੌਜਵਾਨਾਂ ਦੀ ਪਲੇਸਮੈਂਟ ਦਰ ਨੂੰ ਹੋਰ ਵਧਾਉਣ ਵਾਸਤੇ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰਜਿਸਟਰਡ ਨੌਜਵਾਨਾਂ ਦੀ ਨੌਕਰੀ ਲਈ ਪਲੇਸਮੈਂਟ ਦੇ ਨਾਲ ਇਸ ਸੂਬੇ ਵਿੱਚ ਉਦਯੋਗ ਦੀਆਂ ਲੋੜਾਂ ਅਤੇ ਹੁਨਰਮੰਦਾਂ ਦਾ ਕੰਮ ਹੈ ਦਰਮਿਆਨ ਜਿਹੜਾ ਪਾੜਾ ਪਿਆ ਉਸ ਨੂੰ ਪੂਰਾ ਜਾ ਸਕਦਾ ਹੈ ਇਸ ਪਾਸੇ ਵਿਸ਼ੇਸ਼ ਧਿਆਨ ਜੜਾ ਦਿੱਤਾ ਜਾਣਾ ਚਾਹੀਦਾ ਹੈ ਇਸ ਦਰਾਂ ਨੂੰ ਨੇ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੋਈ ਪ੍ਰਾਪਤੀ ਨਹੀਂ ਹੈ ਸਗੋਂ ਜਦੋਂ ਇਸ ਰਜਿਸਟ੍ਰੇਸ਼ਨ ਨੂੰ ਪਲੇਸਮੈਂਟ ਵਿੱਚ ਬਦਲ ਦਿੱਤਾ ਜਾਏਗਾ ਜਾਨੀ ਕਿ ਨੌਕਰੀ ਦਿੱਤੀ ਜਾਏਗੀ ਤਾਂ ਮੈਂ ਇਸ ਨੂੰ ਪ੍ਰਾਪਤੀ ਜਿਹੜੀ ਸਮਝਾਂਗਾ ਸੋ ਮੰਤਰੀ ਨੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਨੂੰ ਬਿਹਤਰ ਨੇਕ ਕਾਰਜ ਜਿਹੜਾ ਕਰਾਰ ਦਿੱਤਾ ਹੈ ਉਹਨਾਂ ਮੀਟਿੰਗ ਦੌਰਾਨ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਫਸਰਾਂ ਅਤੇ ਬਲਾਕ ਮਿਸ਼ਨ ਮੈਨੇਜਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਗੌਰ ਨਾਲ ਸੁਣਿਆ ਉਹਨਾਂ ਨੇ ਕਿਹਾ ਕਿ ਇਹ ਵੱਡਮੁੱਲੇ ਸੁਝਾਅ ਜ਼ਮੀਨੀ ਪੱਧਰ ਤੇ ਮੁੱਦਿਆਂ ਅਤੇ ਮੰਗਾਂ ਨੂੰ ਸਮਝਣ ਵਿੱਚ ਸਹਾਇਕ ਸਿੱਧ ਹੋਣਗੇ ਜਿਸ ਨਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਸੁਧਾਰ ਜੜਾ ਆਵੇਗਾ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਦੀਪਤੀ ਉਪਲ ਨੇ ਇੱਕ ਪੇਸ਼ਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ 2148 ਪਲੇਸਮੈਂਟ ਕੈਂਪ ਲਗਾਉਣ ਤੋਂ ਇਲਾਵਾ ਅਪ੍ਰੈਲ 2022 ਤੋਂ ਹੁਣ ਤੱਕ 133277 ਨੌਜਵਾਨਾਂ ਨੂੰ ਰੋਜ਼ਗਾਰ ਮਹੱਇਆ ਕਰਾਉਣ ਵਿੱਚ ਸਹਿਯੋਗ ਹੈ ਜਿਹੜਾ ਕੀਤਾ ਗਿਆ ਤਾਂ ਹਰੇਕ ਜ਼ਿਲ੍ਹੇ 'ਚ ਟਾਈਮ ਦੇ ਹਿਸਾਬ ਨਾਲ 2 ਮਹੀਨੇ ਦੇ ਬਾਅਦ ਲਗਭਗ ਜਿਹੜਾ ਪਲੇਸਮੈਂਟ ਕੈਂਪ ਨੌਕਰੀ ਲੱਗਦਾ ਹੈ ਸੋ ਇਹਦੇ ਵਿੱਚ ਪੇ ਸਕੇਲ ਵੀ ਜਿਹੜਾ ਵਧੀਆ ਦੇ ਦਿੱਤਾ ਜਾਂਦਾ ਹੈ 10 ਤੋਂ ਪੇ ਸਕੇਲ ਸਟਾਰਟ ਹੋ ਜਾਂਦਾ ਹੈ ਬਾਕੀ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਪੇ ਸਕੇਲ ਹੈ ਜਿਹੜਾ ਇਨਕਰੀਜ਼ ਹੁੰਦਾ ਰਹਿੰਦਾ ਤਾਂ ਸਾਰੇ ਜਣੇ ਜਰੂਰ ਇਹਦੇ ਵਿੱਚ ਆਪਣਾ ਰਿਜ਼ੂਮ ਆਪਣੀ ਇੰਟਰਵਿਊ ਜੜੀ ਦਿਆ ਕਰੋ ਜੋ ਵੀ ਇਹਦੇ ਨਾਲ ਸੰਬੰਧਿਤ ਅਪਡੇਟਸ ਆਉਂਦੀਆਂ ਨੇ ਸੋ ਮੈਂ ਸਿਰ ਅਸੀਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਨੇ ਆ ਅਗਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਮੁੱਖ ਮੰਤਰੀ ਪੰਜਾਬ ਭਵੰਤਮਾਨ ਨੇ ਪੰਜਾਬ ਦੇ ਕਿਸਾਨਾਂ ਲਈ ਜਿਹੜਾ ਐਲਾਨ ਕੀਤਾ ਹੈ ਹਾਲਕਿ ਇੱਕ ਮੁੱਦਾ ਜਿਹੜਾ ਚੱਲ ਰਿਹਾ ਹੈ ਉਹ ਕਣਕ ਨੂੰ ਲੈ ਕੇ ਹੈ ਜੋ ਕਣਕ ਦੇ ਵਿੱਚ ਦਾਣਾ ਜਿਹੜਾ ਮਰ ਗਿਆ ਹੈ ਬਰੀਕ ਰਹਿ ਗਿਆ ਛੋਟਾ ਰਹਿ ਗਿਆ ਤਾਂ ਇਸ ਤੇ ਕੇਂਦਰ ਨੇ ਜਿਹੜਾ ਰੇਟ ਹੈ ਉਹ ਘਟਕੀਤਾ ਹੈ ਜਿਹਦੇ ਦੌਰਾਨ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਜਿਹੜੇ ਸ਼ੁਰੂ ਹੋਏ ਨੇ ਹੜਤਾਲੀਆਂ ਨੇ ਵੀ ਜਿਹੜੀ ਹੜਤਾਲ ਇਸ ਸੰਬੰਧ ਵਿੱਚ ਕੀਤੀ ਹੋਈ ਹੈ ਤਾਂ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ 'ਚ ਨਮੀ ਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ ਤੇ ਕਟ ਲਾਇਆ ਹੈ ਅਤੇ ਉਹਨਾਂ ਦਾ ਖਰਚਾ ਜਿਹੜਾ ਹੁਣ ਪੰਜਾਬ ਸਰਕਾਰ ਆਪਣੇ ਪੱਲਿਓਂ ਜਿਹੜਾ ਦੇਵੇਗੀ। ਸੋ ਮੌਸਮ ਦੇ ਕਹਿਰ ਮਗਰੋਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਜਿਹੜਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਮਾਪਦੰਡਾ ਤੇ ਖਰੀਨਾ ਉਤਰਨ ਵਾਲੀ ਫਸਲ ਦੇ ਮੁੱਲ ਵਿੱਚ ਕਟੌਤੀ ਦੀ ਸ਼ਰਤ ਜਿਹੜੀ ਲਾਈ ਹੈ। ਨੁਕਸਾਨੀ ਗਈ ਫਸਲ ਦੇ ਮੁੱਲ 'ਚ 5.31 ਰੁਪਏ ਤੋਂ ਇਕੱਤੀ 0.87 ਰੁਪਏ ਪ੍ਰਤੀ ਕੁਆਂਟਲ ਦੀ ਜਿਹੜੀ ਕਟੌਤੀ ਹੋਵੇਗੀ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ ਕੇਂਦਰੀ ਮਾਪਦੰਡਾਂ ਦਾ ਕੁਝ ਢਿੱਲ ਦੇਣ ਦੀ ਇਜਾਜ਼ਤ ਜਿਹੜੀ ਦਿੱਤੀ ਹੈ ਸੋ ਪੰਜਾਬ ਵਿੱਚ ਕਣਕ ਦੀ ਫਸਲ ਦੇ ਮੁੱਲ 'ਚ ਕਟੌਤੀ ਨਾਲ ਕਿਸਾਨੀ ਨੂੰ ਕਰੀਬ 350 ਕਰੋੜ ਰੁਪਏ ਤੱਕ ਦਾ ਜਿਹੜਾ ਘਾਟਾ ਲੱਗਣ ਦੀ ਸੰਭਾਵਨਾ ਹੈ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਫਸਲ ਪ੍ਰਭਾਵਿਤ ਹੋਈ ਹੈ ਇਹ ਫਸਲ ਸੁੰਗੜੀ ਵੀ ਹੈ ਤੇ ਦਾਣੇ ਵੀ ਟੁੱਟੇ ਨੇ ਤੇ ਫਸਲ ਹੈ ਜਿਹੜੀ ਉਹ ਬੇਰੰਗੀ ਵੀ ਹੋਈ ਹੈ ਖੇਤੀ ਮਾਹਰ ਇਹਦੇ ਵਿੱਚ ਕਹਿੰਦੇ ਆ ਕਿ ਦੋਵੇਂ ਤਰ੍ਹਾਂ ਦੀ ਕਟੌਤੀ ਪ੍ਰਤੀ ਕੁਆਂਟਲ 37 0.18 ਰੁਪਏ ਬਣਦੀ ਹੈ ਸਮੁੱਚੀ ਫਸਲ ਕਟੋਤੀ ਫਾਰਮੂਲੇ ਵਿੱਚ ਆਉਂਦੀ ਹੈ ਤਾਂ ਕਿਸਾਨੀ ਨੂੰ 350 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਹੋ ਸਕਦਾ ਹੈ ਇਸ ਕਟੋਤੀ ਨੂੰ 50% ਵੀ ਘਟਾ ਲਿਆ ਜਾਵੇ ਤਾਂ ਵੀ ਇਹ ਨੁਕਸਾਨ ਹੈ ਜਿਹੜਾ 200 ਕਰੋੜ ਤੋਂ ਉੱਪਰ ਦਾ ਜਿਹੜਾ ਹੋਏਗਾ ਬੇਮੌਸਮੀ ਬਾਰਿਸ਼ ਅਤੇ ਝੱਖੜ ਕਾਰਨ ਸੂਬੇ ਭਰ ਦੇ ਵਿੱਚ 14.57 ਲੱਖ ਹੈਕਟੇਅਰ ਫਸਲ ਹੈ ਜਿਹੜਾ ਨੁਕਸਾਨੀ ਗਈ ਹੈ ਕੇਂਦਰ ਸਰਕਾਰ ਦੇ ਅਨੁਸਾਰ ਕਣਕ ਦੇ 6% ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖਰੀਦ ਕਰਨ ਦੇ ਮਾਪਦੰਡ ਨੇ ਪਰ ਹੁਣ ਸਰਕਾਰ ਨੇ 6 ਤੋਂ 18% ਤੱਕ ਸੂੰਗੜੇ ਤੇ ਟੁੱਟੇ ਦਾਣੇ ਦੀ ਫਸਲ ਦੀ ਖਰੀਦ ਇਕਟੋਤੀ ਸ਼ਰਤਾ ਸਮੇਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਦੇ ਦਿੱਤੀ ਹੈ ਤਾਂ ਇਹ ਸਭ ਦੇ ਚੱਲਦੇ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਬਿਆਨ ਆਇਆ ਹੈ ਕਿ ਇਹ ਸਾਰਾ ਘਾਟਾ ਜਿਹੜਾ ਹੁਣ ਪੰਜਾਬ ਸਰਕਾਰ ਪੂਰਾ ਕਰੇਗੀ ਤਾਂ ਬਹੁਤ ਵਧੀਆ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲੈ ਗਿਆ ਤਾਂ ਅਗਲੀ ਜਿਹੜੀ ਅਪਡੇਟ ਹੈ ਟੋਲ ਪਲਾਜ਼ ਨੂੰ ਲੈ ਕੇ ਤਾਂ ਪੰਜਾਬ ਦੇ ਵਿੱਚ ਇੱਕ ਹੋਰ ਟੋਲ ਪਲਾਜ਼ ਜਿਹੜਾ ਬੰਦ ਹੋ ਚੁੱਕਿਆ ਹੈ ਹੁਣ ਇਹਨਾਂ ਦੀ ਗਿਣਤੀ ਜਿਹੜੀ 9 ਹੋ ਚੁੱਕੀ ਹੈ ਸੋ ਇਹ ਪਹਿਲੀ ਸਰਕਾਰ ਹੈ ਜਿਹੜੀ ਸਮਾਂ ਪੂਰਾ ਹੋਣ ਤੇ ਟੋਲ ਪਲਾਜ਼ ਜਿਹੜੇ ਬੰਦ ਕਰ ਰਹੀ ਹੈ ਸੋ ਇਹਦੇ ਲਈ ਲਾਇਕਤਾ ਬੰਦ ਹੈ ਸੋ ਪਹਿਲਾਂ ਵੀ ਸਰਕਾਰ ਆਈਆਂ ਨੇ ਆਪਾਂ ਕਦੇ ਨਹੀਂ ਸੁਣਿਆ ਸੀ ਕਿ ਟੋਲ ਪਲਾਜ ਜਿਹੜਾ ਬੰਦ ਹੋ ਗਿਆ ਸਗੋਂ ਟੋਲ ਪਲਾਜੇ ਹੋਰ ਲੱਗ ਰਹੇ ਸੀ ਤਾ ਇਹ ਕਿਹੜਾ ਟੋਲ ਪਲਾਜ ਹੈ ਤਾਂ ਇਹ ਸਮਾਣਾ ਟੋਲ ਪਲਾਜ ਹੈ ਜਿਹੜਾ ਬੰਦ ਕਰ ਦਿੱਤਾ ਹੈ ਮੁੱਖ ਮੰਤਰੀ ਭਵੰਤ ਮਾਨ ਦੇ ਹੁਕਮਾਂ ਤੋਂ ਵਾਅਦਾ ਦੇ ਬੰਦ ਕੀਤਾ ਗਿਆ ਹੈ ਟੋਲ ਪਲਾਜਾ ਬੰਦ ਕਰਨ ਮੌਕੇ ਸਮਾਣਾ ਵਿੱਚ ਰੱਖੇ ਗਏ ਪ੍ਰੋਗਰਾਮ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਨੂੰ ਵਿਕਾਸ ਵੱਲ ਹੈ ਜਿਹੜਾ ਲੈ ਕੇ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਸਾਲ ਦੇ ਅੰਦਰ ਹੀ ਕਈ ਟੋਲ ਪਲਾਜ ਜਿਹੜੇ ਬੰਦ ਕਰ ਦਿੱਤੇ ਹੈ ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜਾ ਕੰਪਨੀ ਲਈ ਬੰਦ ਕੀਤਾ ਗਿਆ ਹੈ ਜਦਕਿ ਜਨਤਾ ਲਈ ਤਾਂ ਰਾਹ ਜਿਹੜੇ ਖੁੱਲ ਗਏ ਨੇ ਉਹਨਾਂ ਦੀ ਸਰਕਾਰ ਜਨਤਾ ਤੇ ਵਾਧੂ ਬੋਝ ਨਹੀਂ ਪਾਵੇਗੀ ਅਤੇ ਨਾ ਹੀ ਪਾਉਣ ਦੇਵੇਗੀ ਇਸ ਦੌਰਾਨ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਲ ਪਲਾਜੇ ਦਾ ਸਮਝੌਤਾ 16 ਸਾਲ ਦਾ ਸੀ ਜੋ ਕਿ ਕਦੋਂ ਦਾ ਪੂਰਾ ਹੋ ਚੁੱਕਿਆ ਹੈ ਪਰ ਸਾਬਕਾ ਸਰਕਾਰਾਂ ਲਗਾਤਾਰ ਪੈਸੇ ਲੈ ਕੇ ਲਗਾਤਾਰ ਸਮਝੌਤੇ ਕਰਦੀਆਂ ਰਹੀਆਂ ਇਹ ਟੋਲ ਕੋਈ ਵੀ ਮਾਪਦੰਡ ਦੇ ਪੂਰਾ ਨਹੀਂ ਉਤਰਿਆ ਸੋ ਮੰਨਨੇ ਕਿ ਸਾਬਕਾ ਸਰਕਾਰਾਂ ਦੀ ਮਨਸਾ ਸਹੀ ਹੁੰਦੀ ਤਾਂ ਇਹ ਟੋਲ 10 ਸਾਲ ਪਹਿਲਾਂ 24/6/2013 ਨੂੰ ਉਦੋਂ ਹੀ ਬੰਦ ਆ ਜਿਹੜਾ ਹੋ ਜਾਂਦਾ ਜਦੋਂ ਪਹਿਲੀ ਵਾਰ ਸੜਕ ਤੇ ਲੁੱਕ ਪਾਉਣ ਦਾ ਕੰਮ ਨਾ ਕਰਨ ਕਰਕੇ ਕੰਪਨੀ ਨੇ ਐਗਰੀਮੈਂਟ ਆ ਜਿਹੜਾ ਤੋੜਿਆ ਸੀ ਸੋ ਕਿੰਨੇ ਸਮੇਂ ਤੋਂ ਇਹ ਟੋਲ ਪਲਾਜ਼ਾ ਜਿਹੜਾ ਬੰਦ ਹੋਣਾ ਚਾਹੀਦਾ ਸੀ 2013 ਤੋਂ ਸੋ ਹੁਣ ਤੱਕ ਇਹ ਚੱਲਦਾ ਰਿਹਾ ਕਿਉਂ ਚੱਲਦਾ ਰਿਹਾ ਹੈ ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਸੀ ਜਿਹੜੀਆਂ ਸਮਝੌਤਾ ਕਰਦੀਆਂ ਸੀ ਸਿੱਧੇ ਕਹਿ ਸਕਦੇ ਆ ਵੀ ਕਮਿਸ਼ਨ ਆ ਜਿਹੜਾ ਲੈ ਲੈਂਦੀ ਸੀ ਪਰ ਸਰਕਾਰਾਂ ਨੇ ਜਿਹੜੀਆਂ ਕੰਪਨੀਆਂ ਨਾਲ ਪੈਸਾ ਖਾਣ ਦੀਆਂ ਸਾਰੀਆਂ ਸਮਝੌਤਾ ਜਿਹੜਾ ਕਰਦੀ ਰਹੀਆਂ ਇਹ ਸਮਝੌਤਾ ਦੂਜੀ ਓਵਰਲੇ ਦੇ ਵਿੱਚ ਵੀ ਜਿਹੜਾ ਜਾਰੀ ਰਿਹਾ ਹੈ ਤਾਂ ਇਸ ਤਰ੍ਹਾਂ ਉਹਨਾਂ ਕਿਹਾ ਕਿ ਟੋਲ ਪ੍ਰਾਜਾ ਪੰਜਾਬ ਸਰਕਾਰ ਦੀ ਸੱਚੀ ਨੀਅਤ ਕਰਕੇ ਬੰਦ ਹੋ ਰਿਹਾ ਹੈ ਇੱਥੋਂ ਲੋਕਾਂ ਦਾ 3.80 ਲੱਖ ਰੁਪਿਆ ਰੋਜ਼ਾਨਾ ਦਾ ਜਿਹੜਾ ਬਚੇਗਾ ਪੰਜਾਬ ਸਰਕਾਰ ਨੇ ਟੋਲ ਕੰਪਨੀ ਤੋਂ ਅਜੇ ਵੀ ਪੈਸੇ ਜਿਹੜੇ ਲੈਣੇ ਨੇ ਜੋ ਹਰ ਕੀਮਤੇ ਲੈ ਜਾਣਗੇ ਉਹਨਾਂ ਕਹੇ ਕਿ ਕੰਪਨੀ ਨੇ ਐਗਰੀਮੈਂਟ ਤੋੜ ਕੇ ਨੁਕਸਾਨ ਕੀਤਾ ਹੈ ਤੇ ਜੇਕਰ ਲੋੜ ਪਈ ਤਾਂ ਟੋਲ ਕੰਪਨੀ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਸਰਕਾਰਾਂ ਕੋਲ ਪੈਸੇ ਦੀ ਘਾਟ ਨਹੀਂ ਹੈ ਬਸ ਨੀਅਤ ਹੈ ਜਿਹੜੀ ਸੱਚੀ ਹੋਣੀ ਚਾਹੀਦੀ ਹੈ ਸੋ ਕਾਫੀ ਬੇਸ਼ੱਕ ਭਵੰਤਮਾਨ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਪਰ ਵਿਰੋਧ ਜਿਹੜੇ ਕਰਦੇ ਲੋਕ ਨੇਗੇ ਉਹ ਆਪਾਂ ਵੀ ਜਾਣਦੇ ਕਿ ਕੌਣ ਹੁੰਦੇ ਆ ਕਿਉਂਕਿ ਹਜੇ 1 ਸਾਲ ਸਰਕਾਰ ਨੂੰ ਜਿਹੜਾ ਹੋਇਆ ਇਸ ਤੋਂ ਪਹਿਲਾਂ ਜੋ ਪੰਜਾਬ ਦਾ ਮਾਹੌਲ ਸੀ ਜੋ ਪੰਜਾਬ ਦੇ ਵਿੱਚ ਖੂ ਪੁੱਟੇ ਗਏ ਆ ਸੋ ਹੌਲੀ ਹੌਲੀ ਜਿਹੜੇ ਉਹ ਭਰੇ ਜਾਣਗੇ ਸੋ ਕਿਸੇ ਕੋਲੇ ਵੀ ਜਾਦੂ ਦੀ ਛੜੀ ਨਹੀਂ ਹੁੰਦੀ ਕਿ ਇੱਕ ਸਾਲ ਦੇ ਵਿੱਚ ਪੰਜਾਬ ਨੂੰ ਸਿਹਾਉਣੇ ਦੀ ਚਿੜੀ ਬਣਾ ਦੇ ਹਾਂ ਇਹ ਸਰਕਾਰ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ 100% ਚੰਗੀ ਆ 100% ਚੰਗਾ ਕੋਈ ਵੀ ਨਹੀਂ ਹੁੰਦਾ ਪਰ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਫਰਕ ਆ ਸੋ ਖਾਸ ਕਰ ਟੋਲ ਪਲਾਜ਼ੇ ਨੌ ਟੋਲ ਪਲਾਜ਼ੇ ਜਿਹੜੇ ਇੱਕ ਸਾਲ ਦੇ ਵਿੱਚ ਅਨੁਸਾਰ ਬੰਦ ਕਰਨੇ ਇਹ ਸੱਚੀ ਨਿਯਤ ਦੀ ਨਿਸ਼ਾਨੀ ਆਪਾਂ ਕਹਿ ਸਕਦੇ ਆ ਜੋ ਵੀ ਵਿਰੋਧ ਕਰਦਾ ਹੈ ਤਾਂ ਉਹਦੇ ਸਰਕਾਰਾਂ ਦੇ ਜੋ ਚੰਗੇ ਕੰਮ ਨੇ ਉਹ ਵੀ ਇਸ ਵਿਰੋਧੀ ਨੂੰ ਗਿਣਾਉਣੇ ਚਾਹੀਦੇ ਨੇ ਬਾਕੀ ਤੁਹਾਡੇ ਕੀ ਰਾਏ ਆ ਕਮੈਂਟ ਜਰੂਰ ਕਰਿਓ ਅੱਗੇ ਜੋ ਅਪਡੇਟਸ ਹੋਣ ਜਾਣੀਆਂ ਜਾਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਧੰਨਵਾਦ